ਜਿੱਤਣ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਦੌਰੇ ਤੇ ਆਏ ਸਨੀ ਦਿਓਲ ਨੇ ਅੱਜ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ। ਇਸ ਮੌਕੇ ਸਨੀ ਦਿਓਲ ਵੱਲੋਂ ਕਰਤਾਰਪੁਰ ਸਾਹਿਬ ਲਈ ਬਣ ਰਹੇ ਲਾਂਘੇ ਦਾ ਜਿਹੜਾ ਕੰਮ ਹੈਗਾ, ਉਸਾਰੀ ਦਾ ਕੰਮ, ਉਸ ਦਾ ਵੀ ਜਾਇਜ਼ਾ ਲਿਆ। ਲੋਕ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਪਹਿਲੀ ਵਾਰ ਸਨੀ ਦਿਓਲ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਪਹੁੰਚੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਸਨੀ ਦਿਓਲ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਚੱਲ ਰਹੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਉੱਥੇ ਮੌਜੂਦ ਅਫਸਰਾਂ ਨਾਲ ਵੀ ਲਾਂਘੇ ਨੂੰ ਲੈ ਕੇ ਗੱਲਬਾਤ ਕੀਤੀ। मैं सनी देओल साहब की शुक्रिया अदा करता हूं, उन्होंने इमीडिएट जो है जीतने के बाद जो है यहां के लोगों से मिलने आया और आने के साथ साथ उन्होंने सबसे पहले करतारपुर साहब का दर्शन किया और आके इन्होंने इंस्पेक्शन किया सो काम किस गति से चल रहा है। इंस्पेक्शन के दौरान उनकी बड़ी सेटिस्फेक्शन हुई और उन्होंने बड़े अच्छे ढंग से कहा सो हम भारतीय जो है काम बड़े अच्छे ढंग से कर रहे हैं और जो हमने टाइम लाइन फिक्स किया है सितंबर में काम करने का वो टाइम है पूरा काम हो जाएगा। उथे जदों इस बारे सनी दिओल नाल गल कीती गई तां उन्होंने कहा कि फिलहाल वह जायजा लै रहे ने, बाकी दीआं गल्लां लोकां नाल मुलाकात अते काम नूं वेखण तों बाद ही दसणगे। मैं बस आया सीगा देखण, मैं देख के जा रहा और बाकी ਆਖਿਰਕਾਰ ਸਨੀ ਦਿਓਲ ਕਦੋਂ ਗੁਰਦਾਸਪੁਰ ਆਉਣਗੇ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣਗੇ। ਪਰ ਸਨੀ ਨੇ ਗੁਰਦਾਸਪੁਰ ਆਉਂਦੇ ਹੀ ਸਭ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਜਾਇਜ਼ਾ ਲੈ ਇਹ ਜ਼ਾਹਰ ਕਰ ਦਿੱਤਾ ਕਿ ਉਹ ਸਾਰੇ ਹੀ ਮਸਲਿਆਂ ਨੂੰ ਸਮਝ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।